गाइस यहाँ पर हम ऑलमोस्ट पहुँच गए हैं जहाँ हमें ये डंप करना है। हमारे पास है साल्ट जो कि हमने डाउनटाउन से उठाया और वहाँ पर हमारा, आप देख सकते हैं, दूसरा ट्रक है। या लेट्स एंटर। एदे पीछे जाना, ओदे पीछे। ओके, तो अभी भी हम यहीं प्लांट के अंदर ही हैं एंड शीशों का तो काफ़ी बुरा हाल है ऐसे लो वेदर। तो यहाँ पर ये डॉम है मेरे भाई लोग जिसके अंदर हमें डंप करना है और वो जो ट्रक है हमारा वो रेडी हो रहा है पैक करने के लिए। तो इन द मीन टाइम हम यहीं वेट करेंगे, जब वो डंप कर लेगा उसके बाद लोडर आएगा उसे पुश करेगा एंड देन वी गोना डंप। ओके गाइस, तो यहाँ पर डंप किया है साल्ट हमारी इस ट्रक ने एंड उसके बाद नाउ जो हमारे साथ ट्रेनिंग पर हैं उनकी टर्न है यहाँ पर डंप करने की। सो लेट्स मेक हिम एंगल बॉडी। और यहाँ पर हमारा एक और ट्रक आ गया है तो ओके अब भाई साहब हमारे पिक हम पैक करेंगे। आ जा भी आ जा। चलो फाइनली हमने यही डिसाइड किया है कि यहीं डंप कर देते हैं एंड आफ्टर दैट द लोडर गोना पुश दैट पाइप। तो आई गेस ठीक है। हां थोड़ा है बैक, थोड़ा है बैक। विल बी अ बिग साउंड गोना कम। थोड़ी तो आगे निकली है यहां से फील गेट। ओ और दोबारा फिर लग गए। You have to make sure the tail is open. अब वीडियो कैसे डालते हैं? How you gonna pick up the box? Let's see. करते करते। यार नो वाला बटन था। हाँ हाँ। यार मिलता ही नहीं था। नहीं होगा। देखो। हाँ। और रेस दे दे। गाइस यहाँ पर थोड़ा सा साल्ट रह गया है बॉक्स के अंदर सो वी हैव टू एंटर इन द बॉक्स एंड वी हैव टू क्लीन इट। ये भी मुश्किल है भाई यहाँ से ना। बल्ले 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 ये साल्ट है ना क्योंकि अगला जो मटेरियल उठाना है हाँ इधर बारी इधर ही सामने। तो यहाँ पर हम फेंक रहे हैं। सो मेक श्योर कि हमारा बॉक्स साफ है क्योंकि कहते हैं ऑलमोस्ट साफ करने के बाद नाउ वी गेटिंग आउट। नहीं दो ही सी। बहुत ध्यान से भैया यहाँ से ध्यान से। ओके तो यहाँ पर हमारा तीसरा ट्रक डंप कर रहा है। चकनी भी मेरे पापा जो सैंड कहते चलो जी हम आप चले सुनील लाल मेरा अच्छे ट्रेनिंग है मेरे नाल शीशा बड़ा साफ हो गया। लो जी बंद तो नहीं करना ट्रक ना ना इतने आप स्केल से ट्रक लिया चाड़ वो सामने आ गया अपना टेयर वेट भी थोड़ा भी खाली ट्रक का इन्ना वेट है इतने मेरा वीर अपना बोलूगा स्पीकर से हलो नहीं वो आपे बोलूगी Morning. It's T806. Pick up sand. Oh, yeah, pa.
ਉਹ ਕਹਿੰਦੀ ਗੋ ਹੈਡ ਚਲੋ ਜੀ ਇਦੋਂ ਬਾਅਦ ਆਪਾਂ ਘੁੰਮ ਕੇ ਵੀਰ ਮੇਰੇ ਉੱਥੇ ਚਲੇ ਜਾਣਾ ਢੇਰੀ ਕੋਲੇ ਅਤੇ ਉਹਦੇ ਉਹ ਢੇਰੀ ਜੀ ਉਹਦੇ ਨੇੜੇ ਜਾ ਕੇ ਦਿਖਾਉਂਦੇ ਹਾਂ ਢੇਰੀ ਦੇ ਲਾਗੇ ਹੁਣ ਇੱਥੋਂ ਘੁਮਾ ਕੇ ਟਰੱਕ ਉੱਧਰ ਨੂੰ ਲਿਜਾ ਕੇ ਅਤੇ ਪੈਕ ਕਰਕੇ ਆ ਢੇਰੀ 'ਤੇ ਆਪਾਂ ਲਾ ਦੇਣਾ ਇੱਥੇ ਆਪਾਂ ਲੋਡਰ ਨੂੰ ਦਿਖਾ ਤਾ ਆਹ ਟਨ ਵੀ ਇੰਨੀ ਟਨ ਪਾਉਣਾ ਅਤੇ ਉਹ ਆ ਗਈ ਠੀਕ ਹੈ ਜੀ ਹਾਂ ਆ ਗਈ ਜੀ ਆਪਣੇ ਬਰਾਬਰ ਲਾਈਫ ਬੋਟਮ ਅਤੇ ਲਾਈਫ ਬੋਟਮ ਇਹ ਹੈਗੀ ਮੱਲੀ ਟਰਾਂਸਪੋਰਟ ਅਤੇ ਸਾਡੀ ਲਾਈਕ ਸਾਡੇ ਘਰਾਂ 'ਚ ਹੀ ਆ ਚਾਚਾ ਜੀ ਲੱਗਦੇ ਨੇ ਮੇਰੇ ਸੋ ਇੱਦਾਂ ਹੀ ਆ ਵੀ ਗ੍ਰੈਵਲ 'ਤੇ ਕਰਦੇ ਕਰਾਉਂਦੇ ਮਿਲ ਜਾਂਦੇ ਆ ਊਂ ਤਾਂ ਕਿੱਥੇ ਟਾਈਮ ਹੁੰਦਾ ਇੱਥੇ ਮਿਲਣ ਦਾ ਯੈਸ ਆ ਗਈ ਮੈਂ ਤਾਂ ਗਿਆ ਸੀ ਲੇਡੀ ਚਲਾ ਰਹੀ ਆ ਤਾਂ ਕਰਕੇ ਚੱਲੀ ਪੋਨੀ ਲਾਸਟ ਬਕਟ ਆ ਜੀ ਲੋਟਾਂ ਨੇ ਮਾਰ ਦੇਣਾ ਸਾਡੇ ਮਾਰ ਲੋਟਾਂ ਨੇ ਹੋ ਗਿਆ ਸਾਡਾ ਬੰਦ ਅਤੇ ਦੁਬਾਰਾ ਕਰ ਰਹੇ ਹਾਂ ਸਟਾਰਟ ਅਤੇ ਚਲੋ ਜੀ ਲਓ ਜੀ ਲੋਟਰ ਚੱਕ ਕੇ ਪਏ ਹਾਂ ਤੁਰ ਮੂਹਰੇ ਆ ਗਈ ਛੋਟੀ ਜਿਹੀ ਹੈਲ ਪਿੰਡ ਦੇ ਵਿੱਚ ਅਤੇ ਵੀਰ ਮੇਰੇ ਉਹ ਚੜ੍ਹ ਜਾ ਲਓ ਜੀ ਆ ਗਏ ਹਾਂ ਸਕੇਲ ਕੋਲੇ ਚਾੜ ਕੇ ਉੱਥੋਂ ਆਪਾਂ ਨੂੰ ਬੀਬੀ ਨੇ ਦੇ ਦੇਣੀ ਪਰਚੀ ਯੂਨਿਟ ਨੰਬਰ ਦੇਖ ਕੇ ਬਸ ਹੀ ਦਿੰਦੇ ਹਾਂ ਅੱਛਾ ਆਪਾਂ ਇੱਥੇ ਇਹਦੇ ਕੋਲ ਆ ਜਾਣਾ ਇਹਨੇ ਪਰਚੀ ਦੇ ਦੇਣੀ ਆਪਾਂ ਨੂੰ ਇੱਥੇ ਆਪਣਾ ਗਰੋਸ ਵੇਖ ਲੂਗੀ ਗਰੋਸ ਆਪਣਾ ਠੀਕ ਆ ਓਕੇ ਠੀਕ ਹੈ ਜੀ ਸੋ ਇੱਥੋਂ ਪਰਚੀ ਲੈ ਲੈਣੀ ਵੀਰ ਮੇਰੇ ਨੇ ਲਓ ਜੀ ਇੱਥੇ ਅਸੀਂ ਟਾਰ ਪੀਰੀਏ 'ਚ ਖੜ ਗਏ ਹਾਂ ਹੁਣ ਉੱਥੋਂ ਵੀਰ ਮੇਰਾ ਸਿੱਟੂਗਾ ਐਕਸਲ ਸੋ ਐਕਸਲ ਇਹ ਆ ਵੀ ਨਾ ਲਿਫਟ ਐਕਸਲ ਹੁੰਦੇ ਚੱਕੇ ਜਦੋਂ ਖਾਲੀ ਹੁੰਦਾ ਟਰੱਕ ਅਤੇ ਜਦੋਂ ਆਪਾਂ ਲੋਡ ਲਿਆ ਚੱਕ ਅਤੇ ਲਿਫਟ ਐਕਸਲ ਦੋ ਸੈੱਟ ਅਤੇ ਇੱਥੋਂ ਸੁੱਚ ਜੀ ਲੱਗੀ ਹੁੰਦੀ ਆ ਅਤੇ ਇਦੂ ਬਾਅਦ ਆਪਾਂ ਉਹ ਟਾਰਪ ਪਾਉਣੀ ਹੁੰਦੀ ਉੱਥੋਂ ਗੇੜਾ ਦੇ ਦੀਦਾ ਵਾ ਟਾਰਪ ਪਾ ਕੇ ਲੋਡ ਸਿਕਿਓਰ ਹੋ ਜਾਂਦਾ ਕਵਰ ਹੋ ਜਾਂਦਾ ਅਤੇ ਆ ਇਹੀ ਆ ਇੰਨਾ ਕੁ ਲਓ ਜੀ ਇੱਕ ਲਾਈਵ ਬੋਟਮ ਹੋਰ ਆ ਗਈ ਇਹਨੂੰ ਲਾਈਵ ਬੋਟਮ ਕਹਿੰਦੇ ਟ੍ਰੇਲਰ ਨੂੰ ਸਾਡੇ ਵੱਲ ਨੂੰ ਐਂਡੰਪ ਅਤੇ ਆਹ ਸਾਡੇ ਚਾਚਾ ਜੀ ਆ ਗਏ ਨੇ ਦੂਰੋਂ ਮੁਸਕਰਾਉਂਦੇ ਹੋਏ ਮੈਂ ਕਿਹਾ ਚਾਚਾ ਜੀ ਨੂੰ ਉਹਦਾ ਮਿਲਣਾ ਨੀ ਐਂ ਫੜ ਲਈਏ ਲਓ ਵੀਰ ਮੇਰੇ ਉਹ ਲੋੜ ਚੱਕ ਕੇ ਆਪਾਂ ਆ ਗਏ ਹਾਂ ਵਾਪਸ ਰੋਡ ਤੇ ਹੁਣ ਜਿੱਥੇ ਆਪਾਂ ਜਾਣਾ ਉਹ ਹੈਗਾ ਜੀ 98 ਐਵੀਨਿਊ ਟੋਰਾਂਟੋ ਡਾਊਨ ਟਾਊਨ ਸੋ ਆਪਾਂ ਜੇ ਇਹਦੀ ਡਾਇਰੈਕਸ਼ਨ ਪਾਈਏ ਆਪਾਂ ਨੂੰ ਇੱਥੋਂ ਸ਼ੋਅ ਕਰੂਗਾ ਅਰਾਊਂਡ 1:26 ਦੇ ਦੂਜੇ ਪਾਸੋਂ 401 ਦੀ 1:21 ਸੋ ਮੰਨ ਕੇ ਚੱਲੀਏ ਵੀ ਆਪਣਾ ਹਜੇ ਪੈਂਡਾ ਲੰਬਾ ਅਤੇ ਡਾਊਨ ਟਾਊਨ 'ਤੇ ਲੱਗ ਕੇ ਜਾ ਕੇ ਤੁਹਾਨੂੰ ਮਿਲਦੇ ਹਨ ਲਓ ਵੀਰ ਮੇਰੇ ਉਹ ਕਰਦੇ ਕਰਾਉਂਦੇ ਪਿੰਡਾਂ ਵਾਲੇ ਰਾਹਾਂ ਤੋਂ ਹੁੰਦਿਆਂ ਅਸੀਂ ਆ ਗਏ ਹਾਂ ਡਾਊਨ ਟਾਊਨ ਦੇ ਲਾਗੇ ਇੱਥੋਂ ਆਪਾਂ ਹਾਈਵੇ 427 ਤੋਂ ਭਾਈ ਗਾਰਡਨਰ ਹਾਈਵੇ ਨੂੰ ਕਹਿੰਦੇ ਆ ਜਿਹੜਾ ਕਿ ਸਿੱਧਾ ਟੋਰਾਂਟੋ ਡਾਊਨ ਟਾਊਨ ਨੂੰ ਜਾਂਦਾ ਇੱਥੋਂ ਸਾਹਮਣੇ ਤੁਹਾਨੂੰ ਮਾੜਾ ਮਾੜਾ ਧੁੰਦਲਾ ਜਿਹਾ ਦਿੰਦਾ ਹੋਊ ਡਾਊਨ ਟਾਊਨ ਲਓ ਜੀ ਸਾਹਮਣੇ ਸੀ ਇਹ ਟਾਵਰ ਬਿਲਡਿੰਗਾਂ ਦੇ ਉੱਲੇ ਹੁੰਦਾ ਹੋਇਆ ਸੋ ਡਾਊਨ ਟਾਊਨ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ ਆਪਾਂ ਸੋ ਇੱਥੋਂ 10 ਮਿੰਟ ਦੀ ਡਰਾਈਵ ਆ ਲਗਭਗ ਡਾਊਨ ਟਾਊਨ ਅਸੀਂ ਪਹੁੰਚ ਚੁੱਕੇ ਹਾਂ ਇੱਥੋਂ ਬਸ 1 ਮਿੰਟ ਦੀ ਦੂਰੀ ਆ ਸਾਡੀ ਉਹ ਬ੍ਰਿਜ ਦੇ ਉੱਤੇ ਜਾਣਾ ਆਪਾਂ ਡਾਊਨ ਟਾਊਨ ਰਹਿ ਗਿਆ ਉੱਧਰ ਆਹ ਚੱਲੇ ਜੀ ਆਪਾਂ ਬ੍ਰਿਜ ਦੇ ਉੱਤੇ ਆਵਾਜ਼ ਬਹੁਤ ਹੋਊਗੀ ਨੋ ਮਾਈਕ ਫਿਰ ਆਪਾਂ 1 ਮਿੰਟ ਦੀ ਦੂਰੀ 'ਤੇ ਡੰਪ ਕਰ ਦੇਣਾ ਵੀਰ ਮੇਰੇ ਉਹ
ਇੱਥੋਂ ਇੱਥੋਂ ਲੈਫਟ 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 ਲਓ ਜੀ ਮਿੱਤਰੋ, ਇੱਥੇ ਹੁਣ ਲੋਡਰ ਦੱਸੂਗਾ ਵੀ ਕਦੋਂ ਡੰਪ ਕਰਨਾ, ਤਦ ਤੱਕ ਆਪਾਂ ਕਰਨੀ ਉਹਦੀ ਵੇਟ। ਇਸ਼ਾਰਾ ਜਿਹਾ ਕਰੂਗਾ ਵੀ ਆ ਜਾਓ ਆ ਜਾਓ, ਆ ਵੀ ਲੋਡਰ ਕੀ ਕਹਿੰਦਾ ਕਹਿੰਦਾ ਆ ਜਾ। ਚਲੋ ਵੀ ਚਲੋ ਵੀ, ਹੁਣ ਦੋ ਢੇਰੀਆਂ ਨੇ ਉੱਥੇ ਸਾਈਡ ਦੀਆਂ ਜਿੱਥੇ ਡੰਪ ਕਰਨਾ, ਇੱਕ ਆਹ ਲੱਗੀ ਆ ਅਤੇ ਇੱਕ ਆਹ ਲੱਗੀ ਆ। ਆਪਾਂ ਦੇਖਦੇ ਕਿੱਥੇ ਡੰਪ ਕਰਨਾ। ਲੈਟਸ ਸੀ। ਲਓ ਵੀ ਮਿੱਤਰੋ, ਹੁਣ ਅਗਲੀ ਲੋਕੇਸ਼ਨ 'ਤੇ ਆਏ ਹਾਂ ਅਸੀਂ, ਸਾਲਟ ਚੱਕਣ। ਜਿੱਥੇ ਪਹਿਲਾਂ ਡੰਪ ਕੀਤਾ ਸੀ ਉਦੋਂ ਨਾਲ ਹੀ ਬਸ ਇੱਕ ਮਿੰਟ ਦੀ ਦੂਰੀ 'ਤੇ ਸਾਲਟ, ਇੱਧਰ ਸਮੁੰਦਰ ਆ। ਇੱਥੇ ਸ਼ਿਪ ਆਉਂਦੀ ਵੱਡੀ ਸਾਰੀ, ਸਾਰਾ ਸਾਲਟ ਲਿਆਉਂਦੀ ਸਮੁੰਦਰ 'ਚੋਂ ਕੱਢ ਕੇ, ਅਤੇ ਬਾਅਦ 'ਚ ਇੱਥੇ ਲਾ ਦਿੰਦੇ ਢੇਰੀ ਵੱਡੀ ਸਾਰੀ। ਤੁਸੀਂ ਦੇਖ ਸਕਦੇ ਹੋ ਕਿੰਨੀ ਢੇਰੀ ਲੱਗੀ। ਪਰ ਇੱਥੋਂ ਇਹਨਾਂ ਨੇ ਸਾਡੇ ਟ੍ਰੇਲਰਾਂ 'ਚ ਲੋਡ ਕਰ ਦੇਣਾ, ਅਤੇ ਉਹ ਸਿੱਧਾ ਜਾ ਕੇ, ਹਾਂ ਉਹ ਜਿੱਥੇ ਉਹ ਟਰੱਕ ਲੱਗਿਆ ਸੀ ਨਾ, ਉਹਦੇ ਵਾਂਗ ਬੈਕ ਲਾ ਦੇ ਜਾਂ ਅਰਲੇ ਪਾਸੇ ਲਾ ਦੇ। ਸੱਜਣੋਂ ਲੋਡ ਲਿਆ ਚੱਕ, ਅਤੇ ਹੁਣ ਇੱਥੋਂ ਆਪਾਂ ਘੁੰਮਾ ਕੇ ਇੱਧਰ ਨੂੰ ਵਾਪਸ ਅਤੇ ਸਕੇਲ ਕਰਾ ਕੇ ਬ੍ਰੈਂਪਟਨ ਜਾ ਕੇ ਲੋਡ ਦੇਣਾ ਡੰਪ। ਲਓ ਇੱਥੇ ਆਉਣਾ ਜੀ ਲੇਕ ਸ਼ੋਰ, ਪੂਰੀ ਬੀਜ਼ੀ ਆ। ਇੱਕੋ ਲੇਨ ਆ ਜਿਹੜੀ ਹਾਈਵੇ 'ਤੇ ਚੜ੍ਹਦੀ ਆ, ਰਾਈਟ ਲੇਨ। ਸਾਨੂੰ ਐਂ ਵੀ ਇੱਥੇ ਸੈਂਟਰ ਲੇਨ 'ਚ ਆ ਕੇ ਥੋੜ੍ਹਾ ਜਿਹਾ ਮੈਂ ਤਰਲੇ ਪਾ ਕੇ ਅਤੇ ਥੋੜ੍ਹਾ ਜਿਹਾ ਹਾਈਵੇ ਜਲਦੀ ਚੜ੍ਹਨਾ ਪੈਂਦਾ, ਇਹ ਕਰਨਾ ਪੈਂਦਾ ਗ੍ਰੈਵਲ ਵਾਲਿਆਂ ਨੂੰ। ਚਲੋ ਦੇਖਦੇ ਹਾਂ। ਲਓ ਜੀ ਲਾਈਟਾਂ ਗ੍ਰੀਨ ਹੋਈਆਂ ਨੇ, ਦੇਖਣਾ ਇਹ ਆ ਵੀ ਹੁਣ ਅਸੀਂ ਆਹ ਰਾਈਟ ਲੇਨ 'ਚ ਆਉਣਾ। ਸਰ ਰਾਈਟ ਲੇਨ 'ਚ ਪਿੱਛੇ ਵੀ ਟਰੱਕ ਆ, ਦੇਖੋ ਸਾਨੂੰ ਰਾਹ ਦਿੰਦਾ ਕਿ ਨਹੀਂ ਦਿੰਦਾ। ਇਹ ਤਾਂ ਮੁਸ਼ਕਿਲ ਹੀ ਆ, ਕਿਉਂਕਿ ਅਗਲਾ ਕਹਿੰਦਾ ਵੀ ਕਿਉਂ ਅਸੀਂ ਲੰਬੀ ਲੇਨ 'ਚ ਖੜ੍ਹੇ ਹਾਂ ਭਰਾ, ਤੂੰ ਵੀ ਲੇਨ 'ਚ ਆ। ਪਰ ਵੇਖੋ ਮਨ ਮੇਰ ਪੈ ਜੇ ਕਿਸੇ ਦੇ, ਤੋਰ ਮਾੜਾ ਮਾੜਾ ਜੇ ਕੋਈ ਬਣਾਉਂਦੀ, ਜੇ ਕਿਸੇ ਦੇ ਮਨ ਮੇਰ ਪੈਂਦੀ ਆ ਤਾਂ ਇਹ ਤਾਂ ਨਹੀਂ ਮੰਨਿਆ ਵੀ ਆਹ ਮੰਨ ਗਏ ਪਿਛਲਾ। ਲੱਗਦਾ ਵੀ ਮੰਨ ਗਿਆ। ਆਪਣਾ ਵੀਰ ਗ੍ਰੈਵਲ ਵਾਲੇ ਨੇ ਸਾਥ ਦਿੱਤਾ ਸਾਡਾ, ਲਿੱਟ ਵਾਲਾ ਜਿਉਂਦਾ ਰਹਿ ਵੱਸਦਾ ਰਹਿ, ਅਤੇ ਉਹਦਾ ਥੈਂਕ ਯੂ ਕਰਾਂਗੇ ਅਸੀਂ ਫੋਰ ਵੇ ਫਲੈਸ਼ਰ ਲਾ ਕੇ। ਹਾਂਜੀ, ਫੋਰ ਵੇ ਫਲੈਸ਼ਰ ਲਾ ਦੇਣੇ ਸਾਡੇ ਵੀਰ ਨੇ, ਪੂਰਾ ਥੈਂਕ ਯੂ ਇੱਜ਼ਤ ਮਾਣ ਬਣਦਾ ਬਜਟ ਵਾਲੇ ਨੂੰ। ਲਓ ਸਰ, ਇੱਥੇ ਬ੍ਰੈਂਪਟਨ ਦੇ ਵਿੱਚ ਸਟੀਲ ਐਂਡ ਹਾਈਵੇ 50 ਏਰੀਆ, ਉੱਥੇ ਅਸੀਂ ਲੋਡ ਡੰਪ ਕਰਤਾ। ਮੇਰਾ ਚਾਰਜ ਗਿਰ ਜਾਂਦਾ, ਅਤੇ ਗੱਲ ਹੈਗੀ ਇੱਦਾਂ ਕਿ ਇੱਥੇ ਹੁਣ ਥੋੜ੍ਹਾ ਜਿਹਾ ਟ੍ਰੇਨਿੰਗ 'ਤੇ ਸੀ ਨਾਲ ਵੀਰ ਮੇਰੇ, ਸੋ ਮੈਂ ਥੋੜ੍ਹਾ ਜਿਹਾ ਧਿਆਨ ਦੇਣਾ ਪੈਂਦਾ, ਵੀਡੀਓ ਬਣਾਈ ਨਹੀਂ ਮੈਂ ਤਾਂ ਕਰਕੇ, ਸੋ 4 ਸੀਜ਼ਨ ਕਰਕੇ ਆਪਾਂ ਇੱਥੇ ਲੋਡ ਡੰਪ ਕਰਤਾ। ਹੁਣ ਇੱਥੋਂ ਆਪਾਂ ਸਿੱਧਾ ਜਾਣਾ ਕੈਂਬਰਿਜ, ਟਾਰਪ ਇਕੱਠੀ ਨਹੀਂ ਹੋਈ। ਲਓ ਜੀ ਨਿਕਲ ਲੱਗੇ ਇੱਥੋਂ 4 ਸੀਜ਼ਨ ਵਾਲਿਆਂ ਤੋਂ। ਇੱਥੇ ਹੁਣ ਆਪਾਂ ਮਾਰਦੀ ਲੈਫਟ, ਇੱਧਰ ਵੀ ਦੇਖਣਾ ਅਤੇ ਕਹਿੰਦੇ ਇੱਧਰ ਵੀ ਦੇਖਣਾ, ਇੱਧਰੋਂ ਨਹੀਂ ਹੁੰਦਾ ਵਿਚਾਲੇ ਆ ਜੈਲੋ ਜੀ ਮਾਰਦੇ। ਹਾਂ ਜੈਲੋ ਜੀ ਘੁੰਮਾਉਂਦੇ ਹੈਰੀ ਕੋਈ ਦੋਨੇ ਪਾਸੇ। ਕਨਫਿਊਜ਼ ਹੋ ਗਏ ਜੀ, ਭਰਾ ਸੀ। ਚਲੋ ਜੀ ਪੈ ਗਏ ਆ ਰਾਹ ਸਿੱਧਾ ਹੁਣ ਕੈਂਬਰਿਜ। ਡਰਾਈਵ ਹੈਗੀ ਸਾਡੇ ਕੋਲ 1.5 ਘੰਟੇ ਦੀ। ਲਓ ਜੀ ਕੈਂਬਰਿਜ ਪਿੱਟ ਪਹੁੰਚ ਚੁੱਕੇ ਹਾਂ ਆਪਾਂ। ਲੈਣ ਦੇ ਵਿੱਚ ਆ ਕੇ ਲੱਗ ਗਏ ਹਾਂ ਇੱਥੇ, ਇੱਧਰ 2 ਟਰੱਕ ਖੜ੍ਹੇ ਨੇ, ਆਹ ਵੀ ਟਰੱਕ ਆਪਣੀ ਕੰਪਨੀ ਦਾ ਵਾ, ਉੱਧਰ ਆਪਾਂ ਨੂੰ ਲੋਡਰ ਲੋਡ ਕਰੀ ਜਾਂਦਾ। ਸ਼ਾਇਦ ਤੁਹਾਨੂੰ ਦਿਖ ਜੇ ਧੁੰਦ ਲਈ ਸ਼ੀਸ਼ੇ ਵਿੱਚ ਦੀ, ਦੇਖ ਹੀ ਲਓ ਭਾਈ। ਅਤੇ ਬਸ ਲੋਡ ਚੱਕ ਕੇ ਆਪਾਂ ਚਾਲੇ ਪਾ ਦੇਣੇ ਆ,
ਤੇ ਸੇਮ ਸਟੋਰੀ ਟਾਰ ਪਾ ਲੈਣੀ ਐਕਸਲ ਸੈੱਟ ਲੈਣੇ ਉਦੋਂ ਬਾਅਦ ਸਿੱਧਾ ਟੋਰਾਂਟੋ ਲਓ ਜੀ ਲੋਡ ਚੱਕ ਕੇ ਆ ਗਏ ਸੀ ਹਾਈਵੇ 'ਤੇ ਐਂਡ ਹੋ ਗਏ ਨੇ ਸਾਨੂੰ ਅਰਾਊਂਡ ਅੱਧਾ ਕੁ ਘੰਟਾ ਅਤੇ ਹੁਣ ਮੂਹਰੇ ਆ ਗਏ ਔਨ ਰੂਟ ਔਨ ਰੂਟ 'ਤੇ 401 'ਤੇ ਜਿੱਥੇ ਆਪਾਂ ਕਰਾਂਗੇ ਬ੍ਰੇਕ ਛੱਡਾਂਗੇ ਚਾਹ ਕੌਫੀ ਲਓ ਜੀ ਇੱਥੋਂ ਪੰਪ ਤੋਂ ਹੁੰਦੇ ਹੁੰਦੇ ਆਪਾਂ ਹਾਂ ਟਿਮ ਹੋਟਨ ਆ ANW ਨਿਊਯੋਰਕ ਪ੍ਰਾਈਸ ਅਤੇ ਸਟਾਰਬਕਸ ਦੇਖਦੇ ਇਹਨਾਂ 'ਚੋਂ ਕੀ ਖਾ ਸਕਦੇ ਆਪਾਂ ਚਲੋ ਬਾਈ ਹੋਈਏ ਐਂਟਰ ਲਓ ਜੀ ਕਹਿੰਦੇ ANW ਤੋਂ ਕੋਕ ਦੇ ਨਾਲ ਤੋਂ ਬਰਗਰ ਲੈ ਨੇ ਚੱਕ ਸੋਹਣੇ ਆ ਸੋ ਅੱਜ ਆਪਾਂ ਟ੍ਰੇਨਿੰਗ 'ਤੇ ਹਾਂ ਸੋ ਓਬਵੀਅਸਲੀ ਬੈਠਾਂਗੇ ਪੈਸੇਂਜਰ ਸਾਈਡ ਸੀਟ 'ਤੇ ਇੱਥੇ ਟਰੱਕ ਚੈੱਕ ਕਰ ਲਈਦਾ ਵੀ ਆਪਾਂ ਔਨ ਰੂਟ ਖੜ੍ਹੇ ਹਾਂ ਟਾਇਰ ਟੱਪਾ ਓਕੇ ਆ ਸਾਰਾ ਕੁਛ ਓਕੇ ਆ ਨਿਗਾਹ ਜੀ ਆਵਾਜ਼ ਆਉਂਦੀ ਆ ਜ਼ਰੂਰੀ ਵੀ ਆ ਕਿਉਂਕਿ ਅੱਗੇ 100 ਕਿਲੋਮੀਟਰ ਫਿਰ ਪਿਆ ਆਪਣੇ ਲਈ ਚਲੋ ਜੀ ਲਓ ਜੀ ਸਾਹਮਣੇ ਲੱਗ ਗਿਆ ਟ੍ਰੈਫਿਕ ਆਪਾਂ ਪਹੁੰਚ ਚੁੱਕੇ ਹਾਂ ਲਗਭਗ ਹੈ ਸਾਰੇ ਆਪਾਂ ਇੱਥੋਂ 20 ਕਿਲੋਮੀਟਰ ਦੂਰ ਜਿੱਥੇ ਆਪਾਂ ਜਾ ਕੇ ਡੰਪ ਕਰਨਾ ਬਟ ਉਹਦੇ ਲਈ ਟਾਈਮ ਸਾਨੂੰ ਲੱਗ ਜਾਣੇ ਆ 30 ਤੋਂ 35 ਮਿੰਟ ਕਿਉਂਕਿ ਅੱਗੇ ਟ੍ਰੈਫਿਕ ਸਲੋ ਹੋ ਚੁੱਕਿਆ ਲਗਭਗ ਇਸ ਟਾਈਮ ਹੋਈ ਜਾਂਦਾ ਇਸ ਰਸ਼ ਆਵਰ ਕਹਿ ਦਿੰਦੇ ਨੇ ਇੱਥੇ ਇੱਧਰ ਵੀ ਇਹੀ ਹਾਲ ਆ ਵੀ ਮੈਂ ਕਿਸ ਪਾਸੇ ਜਾਵਾਂ ਮੈਂ ਇਸ ਪਾਸੇ ਜਾਵਾਂ ਕਿ ਮੈਂ ਇਸ ਪਾਸੇ ਹਾਂ ਚੱਲ ਬਾਈ ਤੂੰ ਲੰਘ ਜਾ ਵਨ ਰਾਈਟ ਲੇਨ ਕਲੋਜ਼ ਪਿਓਰ ਬੈਸਟ ਇਹਦੇ ਕਰਕੇ ਆਪਣਾ ਚੱਕਰ ਚੱਲਿਆ ਵੀਰ ਮੇਰੇ ਹਾਂ ਬਾਈ ਆ ਜਿਹੜੇ ਅੱਗੇ ਆ ਕੇ ਮਰਚ ਹੁੰਦੇ ਆ ਨਾ ਇੰਨਾ ਕਰਕੇ ਸਾਡੀ ਲੇਨ ਖੜਨੀ ਹੁਣ ਆ ਇਹਨੇ ਕਿਹੜਾ ਤੁਰਨਾ ਔਰ ਉਹ ਭਾਊ ਆ ਭਾਊ ਆ ਇੱਕ ਹੋਰ ਆ ਗਿਆ ਸੂਰਮਾ ਕਹਿੰਦਾ ਮੈਂ ਵੀ ਇੱਥੇ ਆ ਕੇ ਮਰ ਜਾਣਾ ਇਤੂ ਬਣਾ ਕਹਿੰਦਾ ਮੈਨੂੰ ਟੇਕ ਨਹੀਂ ਆਉਣੀ ਲਾ ਜਾ ਭਾਈ ਤੂੰ ਆ ਜਾ ਹੋਰ ਕੋਈ ਹੈਗਾ ਸੂਰਮਾ ਇੱਧਰ ਕਲੀਅਰ ਮੈਨੂੰ ਲੱਗਦਾ ਹੋਰ ਵੀ ਆਉਂਦਾ ਹੋਊ ਕੋਈ ਇੱਕ ਲਓ ਜੀ ਲਾਸਟ ਗੇੜਾ ਸ਼ਾਮ ਦੇ 5 ਵੱਜ ਚੁੱਕੇ ਨੇ ਵੀਰ ਮੇਰੇ ਅਤੇ ਪਹੁੰਚ ਗਏ ਹਾਂ ਡੰਪ ਕਰਨ ਹੋਰ 5 ਕੁ ਮਿੰਟਾਂ 'ਚ ਡੰਪ ਹੋ ਜੂ ਉਸ ਤੋਂ ਬਾਅਦ ਅੱਧਾ ਘੰਟਾ ਯਾਰਡ ਨੂੰ ਪੌਣੇ ਕੁ ਯਾਰਡ ਪਹੁੰਚਣਗੇ ਐਂਡ ਦਿਹਾੜੀ ਡਨ ਲਓ ਜੀ ਕੋਈ ਨਹੀਂ ਇੱਥੇ ਆ ਬਾਕਸਾਂ 'ਚ ਮਿੱਤਰੋ ਲਓ ਜੀ ਲੋਡ ਹੋ ਗਿਆ ਡੰਪ ਆਹ ਹੁਣ ਬੋਲਸਾ ਆ ਰਿਹਾ ਥੱਲੇ ਲਾ ਕੇ ਟੇਲ ਗੇਟ 'ਤੇ ਆਪਾਂ ਟਾਰਪ ਦਾ ਹਿਸਾਬ ਕਿਤਾਬ ਕਰਾਂਗੇ ਯਾਰਡ 'ਚ ਜਾਂ ਜਦੋਂ ਤੇਲ ਪਾਉਣਾ ਹੋਇਆ ਅਤੇ ਪਿੱਛੋਂ ਸਾਫ ਹੀ ਆ ਆਲ ਗੁੱਡ ਆ ਲਾ ਦਿਓ ਸਰ ਟੇਲ ਗੇਟ ਲਓ ਜੀ ਟੇਲ ਗੇਟ ਗਏ ਨੇ ਲੱਗ ਆਲ ਰੈਡੀ ਟੂ ਗੋ ਭੱਜ ਲਓ ਹੁਣ ਯਾਰਡਾਂ ਨੂੰ ਕਾਹਲੀ ਬਹੁਤ ਹੁੰਦੀ ਮਿੱਤਰੋ ਲੋਕਾਂ ਨੂੰ ਮਤਲਬ ਸਾਨੂੰ ਗ੍ਰਹਿ ਵਾਲਿਆਂ ਨੂੰ ਲਓ ਜੀ ਲਾਸਟ ਲੋਡ ਡੰਪ ਹੋਇਆ ਆਏ ਸੀ ਇੱਥੇ 5 ਵਜੇ ਅਤੇ 5:30 ਵਜੇ ਜਾ ਕੇ ਡੰਪ ਹੋਇਆ ਆਲਮੋਸਟ ਅੱਧੇ ਘੰਟੇ ਦੀ ਵੇਟ ਸੋ ਬਸ ਇੱਦਾਂ ਵੇਟ ਵੁਟ ਕਰਦੇ ਹਾਂ ਯਾਰਡ ਟੂ ਯਾਰਡ ਤੁਹਾਨੂੰ ਲੱਗ ਜਾਂਦੇ ਨੇ 12 ਤੋਂ 13 ਘੰਟੇ ਅਤੇ ਹੁਣ ਚੱਲੀਏ ਪਾਸੇ